ਸਵੇਰ ਵੇਲੇ ਆਪਣੇ ਕੰਮ ਤੇ ਜਾ ਰਹੀ ਇੱਕ ਮਹਿਲਾ ਦੇ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਦੋ ਲੁਟੇਰਿਆਂ ਨੇ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਬਾਜ਼ਾਰ ਦੇ ਵਿੱਚੋਂ ਇੱਕ ਮਹਿਲਾ ਲੰਘ ਰਹੀ ਹੈ, ਇੰਨੇ ਨੂੰ ਪਿੱਛਿਓਂ ਦੋ ਲੁਟੇਰੇ ਆਏ ਜੋ ਮੌਕੇ ਦੀ ਤਲਾਸ਼ ਦੇ ਵਿੱਚ ਸੀ। ਜਿਸ ਪਾਸੇ ਔਰਤ ਨੇ ਮੋਢੇ ਤੇ ਪਰਸ ਟੰਗਿਆ ਸੀ ਉਸ ਸਾਈਡ ਤੋਂ ਇਹਨਾਂ ਲੁਟੇਰਿਆਂ ਨੇ ਮੋਟਰਸਾਈਕਲ ਤੇ ਪਰਸ ਝਪਟਣ ਦੀ ਕੋਸ਼ਿਸ਼ ਕੀਤੀ। ਮਹਿਲਾ ਨੇ ਪਰਸ ਨਹੀਂ ਛੱਡਿਆ, ਪਰ ਇਹ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਮਹਿਲਾ ਪਰਸ ਦੇ ਨਾਲ ਦੂਰ ਜਾ ਕੇ ਮੁੱਦੇ ਮੂੰਹ ਡਿੱਗ ਪਈ ਔਰ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਰਨ ਤਰਨ ਦੇ ਕੈਂਚੀਆਂ ਵਾਲੇ ਬਾਜ਼ਾਰ ਦੇ ਵਿੱਚੋਂ ਲੰਘ ਰਹੀ ਇਸ ਔਰਤ ਨਾਲ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੜਕੇ ਵੇਲੇ ਦੁਕਾਨਾਂ ਬੰਦ ਸੀ ਤਾਂ ਮੌਕੇ ਦੀ ਤਲਾਸ਼ ਦੇ ਵਿੱਚ ਖੜੇ ਲੁਟੇਰਿਆਂ ਦੇ ਵੱਲੋਂ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਔਰਤ ਦੇ ਪਿੱਛੇ ਬਾਈਕ ਲਾਇਆ, ਜਿਹੜੇ ਪਾਸੇ ਉਸਨੇ ਮੋਢੇ ਤੇ ਪਰਸ ਟੰਗਿਆ ਸੀ ਉਸ ਸਾਈਡ ਤੋਂ ਪਰਸ ਨੂੰ ਝਪਟਣ ਦੀ ਕੋਸ਼ਿਸ਼ ਕੀਤੀ। ਇੱਕਦਮ ਪਰਸ ਜਦੋਂ ਨਹੀਂ ਝਪਟਿਆ ਗਿਆ ਤਾਂ ਮਹਿਲਾ ਮੁੱਦੇ ਮੂੰਹ ਜ਼ਮੀਨ ਤੇ ਡਿੱਗ ਪਈ ਤੇ ਦੁਕਾਨ ਦੇ ਬਾਹਰ ਬੈਠ ਕੇ ਸਿਰ ਫੜ ਕੇ ਬੈਠ ਗਈ। ਕੂਕ ਰੌਲਾ ਸੁਣ ਕੇ ਨੇੜੇ ਦੇ ਘਰ ਦੇ ਵਿੱਚੋਂ ਇੱਕ ਵਿਅਕਤੀ ਨਿਕਲਿਆ, ਜਿਸ ਨੇ ਇਸ ਮਹਿਲਾ ਦੀ ਸਾਰ ਲਈ, ਪਰਸ ਚੁੱਕ ਕੇ ਉਸ ਨੂੰ ਫੜਾਇਆ ਤੇ ਖੜਾ ਕੀਤਾ। ਬੇਖੌਫ ਲੁਟੇਰਿਆਂ ਦੇ ਹੌਸਲੇ ਕਿਸ ਕਦਰ ਬੁਲੰਦ ਨੇ ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਤਰਨ ਤਰਨ ਦੇ ਕੈਂਚੀਆਂ ਵਾਲੇ ਬਾਜ਼ਾਰ ਦੀ ਇਹ ਘਟਨਾ ਹੈ। ਤੜਕੇ ਵੇਲੇ ਇਹ ਮਹਿਲਾ ਆਪਣੇ ਕੰਮ ਤੇ ਜਾ ਰਹੀ ਸੀ ਤਾਂ ਦੋ ਲੁਟੇਰਿਆਂ ਦੇ ਵੱਲੋਂ ਇਸ ਦੇ ਨਾਲ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ, ਪਰਸ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਮਹਿਲਾ ਨੇ ਪਰਸ ਨਹੀਂ ਛੱਡਿਆ, ਸਗੋਂ ਮੁੱਦੇ ਮੂੰਹ ਜ਼ਮੀਨ ਤੇ ਡਿੱਗ ਪਈ, ਦੁਕਾਨ ਦੇ ਬਾਹਰ ਦੇਲੀ ਤੇ ਬੈਠ ਕੇ ਸਿਰ ਫੜ ਕੇ ਬੈਠ ਗਈ ਔਰ ਕੂਕ ਰੌਲਾ ਸੁਣ ਕੇ ਇੱਕ ਸ਼ਖਸ ਘਰ ਦੇ ਵਿੱਚੋਂ ਨਿਕਲਿਆ, ਜਿਸ ਨੇ ਇਸ ਮਹਿਲਾ ਦੀ ਸਾਰ ਲਈ। ਵਾਰਦਾਤ ਦੇ ਵਿੱਚ ਕਾਮਯਾਬ ਨਹੀਂ ਹੋਏ ਲੁਟੇਰੇ ਇੱਥੋਂ ਫਰਾਰ ਹੋ ਗਏ। ਸਾਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਸਵੇਰ ਵੇਲੇ ਆਪਣੇ ਕੰਮ ਤੇ ਜਾ ਰਹੀ ਇੱਕ ਮਹਿਲਾ ਦੇ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਦੋ ਲੁਟੇਰਿਆਂ ਨੇ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਬਾਜ਼ਾਰ ਦੇ ਵਿੱਚੋਂ ਇੱਕ ਮਹਿਲਾ ਲੰਘ ਰਹੀ ਹੈ, ਇੰਨੇ ਨੂੰ ਪਿੱਛਿਓਂ ਦੋ ਲੁਟੇਰੇ ਆਏ ਜੋ ਮੌਕੇ ਦੀ ਤਲਾਸ਼ ਦੇ ਵਿੱਚ ਸੀ। ਜਿਸ ਪਾਸੇ ਔਰਤ ਨੇ ਮੋਢੇ ਤੇ ਪਰਸ ਟੰਗਿਆ ਸੀ ਉਸ ਸਾਈਡ ਤੋਂ ਇਹਨਾਂ ਲੁਟੇਰਿਆਂ ਨੇ ਮੋਟਰਸਾਈਕਲ ਤੇ ਪਰਸ ਝਪਟਣ ਦੀ ਕੋਸ਼ਿਸ਼ ਕੀਤੀ। ਮਹਿਲਾ ਨੇ ਪਰਸ ਨਹੀਂ ਛੱਡਿਆ, ਪਰ ਇਹ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਮਹਿਲਾ ਪਰਸ ਦੇ ਨਾਲ ਦੂਰ ਜਾ ਕੇ ਮੁੱਦੇ ਮੂੰਹ ਡਿੱਗ ਪਈ ਔਰ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਰਨ ਤਰਨ ਦੇ ਕੈਂਚੀਆਂ ਵਾਲੇ ਬਾਜ਼ਾਰ ਦੇ ਵਿੱਚੋਂ ਲੰਘ ਰਹੀ ਇਸ ਔਰਤ ਨਾਲ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੜਕੇ ਵੇਲੇ ਦੁਕਾਨਾਂ ਬੰਦ ਸੀ ਤਾਂ ਮੌਕੇ ਦੀ ਤਲਾਸ਼ ਦੇ ਵਿੱਚ ਖੜੇ ਲੁਟੇਰਿਆਂ ਦੇ ਵੱਲੋਂ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਔਰਤ ਦੇ ਪਿੱਛੇ ਬਾਈਕ ਲਾਇਆ, ਜਿਹੜੇ ਪਾਸੇ ਉਸਨੇ ਮੋਢੇ ਤੇ ਪਰਸ ਟੰਗਿਆ ਸੀ ਉਸ ਸਾਈਡ ਤੋਂ ਪਰਸ ਨੂੰ ਝਪਟਣ ਦੀ ਕੋਸ਼ਿਸ਼ ਕੀਤੀ। ਇੱਕਦਮ ਪਰਸ ਜਦੋਂ ਨਹੀਂ ਝਪਟਿਆ ਗਿਆ ਤਾਂ ਮਹਿਲਾ ਮੁੱਦੇ ਮੂੰਹ ਜ਼ਮੀਨ ਤੇ ਡਿੱਗ ਪਈ ਤੇ ਦੁਕਾਨ ਦੇ ਬਾਹਰ ਬੈਠ ਕੇ ਸਿਰ ਫੜ ਕੇ ਬੈਠ ਗਈ। ਕੂਕ ਰੌਲਾ ਸੁਣ ਕੇ ਨੇੜੇ ਦੇ ਘਰ ਦੇ ਵਿੱਚੋਂ ਇੱਕ ਵਿਅਕਤੀ ਨਿਕਲਿਆ, ਜਿਸ ਨੇ ਇਸ ਮਹਿਲਾ ਦੀ ਸਾਰ ਲਈ, ਪਰਸ ਚੁੱਕ ਕੇ ਉਸ ਨੂੰ ਫੜਾਇਆ ਤੇ ਖੜਾ ਕੀਤਾ। ਬੇਖੌਫ ਲੁਟੇਰਿਆਂ ਦੇ ਹੌਸਲੇ ਕਿਸ ਕਦਰ ਬੁਲੰਦ ਨੇ ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਤਰਨ ਤਰਨ ਦੇ ਕੈਂਚੀਆਂ ਵਾਲੇ ਬਾਜ਼ਾਰ ਦੀ ਇਹ ਘਟਨਾ ਹੈ। ਤੜਕੇ ਵੇਲੇ ਇਹ ਮਹਿਲਾ ਆਪਣੇ ਕੰਮ ਤੇ ਜਾ ਰਹੀ ਸੀ ਤਾਂ ਦੋ ਲੁਟੇਰਿਆਂ ਦੇ ਵੱਲੋਂ ਇਸ ਦੇ ਨਾਲ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ, ਪਰਸ ਨੂੰ ਖੋਹਣ ਦੀ ਕੋਸ਼ਿਸ਼ ਕੀਤੀ।
ਮਹਿਲਾ ਨੇ ਪਰਸ ਨਹੀਂ ਛੱਡਿਆ, ਸਗੋਂ ਮੁੱਦੇ ਮੂੰਹ ਜ਼ਮੀਨ ਤੇ ਡਿੱਗ ਪਈ। ਦੁਕਾਨ ਦੇ ਬਾਹਰ ਦੇਲੀ ਤੇ ਬੈਠ ਕੇ ਸਿਰ ਫੜ ਕੇ ਬੈਠ ਗਈ ਔਰ ਕੂਕ ਰੌਲਾ ਸੁਣ ਕੇ ਇੱਕ ਸ਼ਖਸ ਘਰ ਦੇ ਵਿੱਚੋਂ ਨਿਕਲਿਆ, ਜਿਸਨੇ ਇਸ ਮਹਿਲਾ ਦੀ ਸਾਰ ਲਈ। ਵਾਰਦਾਤ ਦੇ ਵਿੱਚ ਕਾਮਯਾਬ ਨਹੀਂ ਹੋਏ ਲੁਟੇਰੇ ਇੱਥੋਂ ਫਰਾਰ ਹੋ ਗਏ। ਸਾਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ।